ਰੱਬ ਜੀ ਨੇ ਮਿੱਟੀ ਇਕੱਠੀ ਕਰਕੇ ਸਰੀਰ ਰੂਪੀ ਪੁੜੀ ਬੰਨ੍ਹ ਦਿੱਤੀ। ਹੁਣ ਇੱਕ ਬੱਚੇ ਨੂੰ ਸਮਝਣਾ ਹੈ ਕਿ ਕੋਈ ਬੱਚਾ ਦੁਕਾਨ 'ਤੇ ਜਾਵੇ ਅਤੇ ਦੁਕਾਨ 'ਤੇ ਜਾ ਕੇ ਕਿਸੇ ਚੀਜ਼ ਦੀ ਮੰਗ ਕਰਦਾ ਹੈ ਅਤੇ ਉਹ ਦੁਕਾਨਦਾਰ ਉਸ ਦੇ ਬਦਲੇ ਪੈਸੇ ਲੈ ਕੇ ਪੁੜੀ ਵਿੱਚ ਬੰਨ੍ਹ ਕੇ ਦੇ ਦਿੰਦਾ। ਹੁਣ ਪੁੜੀ ਵਿੱਚ ਮਿਰਚਾਂ ਬੰਨੀਆਂ, ਮਿਰਚਾਂ ਨਿਕਲਣ ਗਈਆਂ ਪੁੜੀ ਵਿੱਚ, ਜੇ ਹਲਦੀ ਬੱਝੀ ਹਲਦੀ ਨਿਕਲੇਗੀ, ਜੇ ਖੰਡ ਬੱਝੀ ਪੁੜੀ ਵਿੱਚ ਖੰਡ ਨਿਕਲੇਗੀ, ਅਤੇ ਜੇ ਕਿਸੇ ਪਿਆਕੜ ਨੇ ਡੋਡੇ ਲਏ ਨੇ, ਡੋਡੇ ਬੰਨ੍ਹੇ ਨੇ, ਉਹਦੇ ਵਿੱਚੋਂ ਡੋਡੇ ਨਿਕਲਣਗੇ। ਤਾਂ ਰੱਬ ਜੀ ਨੇ ਇਹ ਸਰੀਰ ਰੂਪੀ ਪੁੜੀ ਮਿੱਟੀ ਦੀ ਇਕੱਠੀ ਕਰਕੇ ਬੰਨ੍ਹੀ ਹੈ ਅਤੇ ਜਦੋਂ ਖੁੱਲ੍ਹੇਗੀ ਤਾਂ ਕੀ ਨਿਕਲੇਗਾ? ਇਹਦੇ ਵਿੱਚੋਂ ਮਿੱਟੀ ਨਿਕਲੇਗੀ। ਇਸ ਲਈ ਆਖਿਆ ਕਬੀਰਾ ਧੂਰ ਸਕੇਲ ਕੈ ਪੁਰੀਆ ਬੰਦੀ ਦੇ ਦਿਵਸ ਚਾਰ ਕੋ ਪੇਖਣਾ। ਆਖਿਆ ਚਾਰ ਦਿਨ ਦਾ ਸੰਸਾਰ ਰੂਪੀ ਤਮਾਸ਼ਾ ਇਹਦੇ ਨਾਲ ਤੱਕਦਾ ਫਿਰਦਾ ਹੈ। ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ, ਜਦੋਂ ਸਰੀਰ ਰੂਪੀ ਪੁੜੀ ਖੋਲੀ ਇਸ ਮਿੱਟੀ ਨੇ, ਅਖੀਰ ਮਿੱਟੀ ਨਾਲ ਮਿੱਟੀ ਹੋ ਜਾਣ। ਇਸ ਲਈ ਫਰੀਦ ਸਾਹਿਬ ਦੇ ਬੱਚੇ ਨੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਸੋ ਭਾਈ ਗੁਰਮੁਖ ਪਿਆਰਿਓ, ਗੁਰੂ ਮਹਾਰਾਜ ਦੇ ਪਾਸ ਜਿਹੜੇ ਇਹਨਾਂ ਨੇ ਚਿੰਨ੍ਹ ਲਿਆ ਕੇ ਰੱਖੇ, ਗੁਰੂ ਮਹਾਰਾਜ ਆਪਣੇ ਢੰਗ ਦੇ ਨਾਲ ਉਹਨਾਂ ਦੀ ਵਿਆਖਿਆ ਕਰ ਰਹੇ ਨੇ। ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ। ਇਹਨਾਂ ਲੋਕਾਂ ਨੇ ਗੁਰੂ ਕੇ ਹਜ਼ੂਰ ਵਿਭੂਤੀ ਲਿਆ ਕੇ ਰੱਖ ਦਿੱਤੀ, ਸਵਾਹ ਲਿਆ ਕੇ ਰੱਖ ਦਿੱਤੀ ਕਿ ਪਿੰਡੇ 'ਤੇ ਬੋਲੋ ਜੋਗੀ ਬਣਨਾ। ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਖਿਆ, ਭਲਿਓ ਮੈਂ ਤਾਂ ਆਪਣੇ ਹਿਰਦੇ ਅੰਦਰ ਆਟੋਮੈਟਿਕਲੀ ਆਲਰੇਡੀ ਇਹ ਸਵਾਹ ਮਲ ਕੇ ਬੈਠਾ। ਕਹਿਣ ਲੱਗੇ ਜੀ ਕਾੜੀ ਸਵਾਹ ਦਿਖਾਈ ਤਾਂ ਨਹੀਂ ਦਿੰਦੀ? ਅਤੇ ਗੁਰੂ ਮਹਾਰਾਜ ਨੇ ਆਖਿਆ, ਪਰਮਾਤਮਾ ਦੇ ਧਿਆਨ ਦੀ ਸਵਾਹ ਮੈਂ ਆਪਣੇ ਹਿਰਦੇ ਅੰਦਰ ਮਲ ਕੇ ਬੈਠਾ, ਮੈਨੂੰ ਆਹ ਪਿੰਡੇ 'ਤੇ ਸਵਾਹ ਮਲਣ ਦੀ ਲੋੜ ਨਹੀਂ, ਪਿੰਡੇ 'ਤੇ ਸਵਾਹ ਮਲਣ ਦੀ ਲੋੜ ਨਹੀਂ। ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ। ਇਹਨਾਂ ਲੋਕਾਂ ਨੇ ਗੁਰੂ ਕੇ ਹਜ਼ੂਰ ਖਿੰਥਾ ਖਫੜੀ ਲਿਆ ਕੇ ਰੱਖ ਦਿੱਤੀ। ਅਤੇ ਧੰਨ ਗੁਰੂ ਮਹਾਰਾਜ ਨੇ ਆਖਿਆ ਕਿ ਮੇਰੇ ਜੀਵਨ ਦੇ ਅੰਦਰ ਕਾਲ ਦਾ ਜਿਹੜਾ ਅਹਿਸਾਸ ਹੈ, ਮੌਤ ਦਾ ਅਹਿਸਾਸ ਹੈ, ਉਹ ਹੀ ਖਫਣੀ ਹੈ, ਮੈਨੂੰ ਆਹ ਬਾਹਰੋਂ ਖਫਣੀ ਧਾਰਨ ਕਰਨ ਦੀ ਲੋੜ ਨਹੀਂ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ। ਇਹਨਾਂ ਨੇ ਜੋਗੀਆਂ ਦੀ ਜੁਗਤੀ ਦੱਸੀ, ਗੋਰਖ ਪੂਤ ਲੁਹਾਰੀ ਪਾ ਬੋਲੇ ਜੋ ਜੁਗਤ ਬਦਸਾਈ ਕੀ, ਤੀਰਥ ਨਹਾਈਆ ਸੁਖ ਫਲ ਪਾਈਏ ਮਹਿਲ ਨਾ ਲਾਗੈ ਕਾਈ। ਮਗਰ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਆਖਿਆ, ਭਲਿਓ ਤੁਸੀਂ ਤੀਰਥਾਂ 'ਤੇ ਨਹਾ ਕੇ ਇਹ ਸਰੀਰ ਨੂੰ ਵਿਕਾਰਾਂ ਤੋਂ ਛੋਹ ਰੱਖਣ ਦੀ ਗੱਲ ਕਰਦੇ ਹੋ, ਮਗਰ ਜੇ ਮੇਰੇ ਵੱਲ ਧਿਆਨ ਦਿਓ ਤਾਂ ਫਿਰ ਮੇਰੇ ਜੀਵਨ ਦੀ ਜੁਗਤੀ ਕੀ ਹੈ? ਆਪਣੀ ਕਾਇਆ ਨੂੰ ਵਿਕਾਰਾਂ ਤੋਂ ਅਛੋ ਰੱਖਣਾ ਮੇਰੇ ਜੀਵਨ ਦੀ ਜੁਗਤੀ ਹੈ। ਬਚਨ ਆਖਿਆ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ। ਕੁਵਾਰੀ ਦਾ ਭਾਵ ਹੈ ਬਚੀ ਹੋਈ, ਜਿਵੇਂ ਇੱਕ ਕੁਵਾਰ ਕੰਨਿਆ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਘਰ ਜੀਵਨ ਦੇ ਗ੍ਰਸਥ ਦੇ ਸਾਰੇ ਸੁੱਖ ਮਾਣਦੀ ਏ, ਮਗਰ ਜੇ ਅਸੀਂ ਆਖੀਏ ਕੁਵਾਰੀ ਕੰਨਿਆ ਗ੍ਰਸਥ ਦੇ ਜੀਵਨ ਦੇ ਸੁੱਖ ਮਾਣੇ ਤਾਂ ਉਹ ਮਾੜੇ ਗਿਣੇ ਜਾਂਦੇ ਨੇ। ਇਸੇ ਤਰ੍ਹਾਂ ਜਿਹੜੀ ਇਹ ਕਾਇਆ ਹੈ, ਇਸ ਕਾਇਆ ਨੂੰ ਵਿਕਾਰਾਂ ਤੋਂ ਅਛੋਹ ਰੱਖਣਾ ਧੰਨ ਗੁਰੂ ਮਹਾਰਾਜ ਨੇ ਜੀਵਨ ਦੀ ਜੁਗਤੀ ਦੱਸੀ। ਬਚਨ ਆਖੇ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ। ਅਤੇ ਜਿਹੜਾ ਆਹ ਤੁਸੀਂ ਹੱਥ ਵਿੱਚ ਡੰਡਾ ਫੜ ਕੇ ਰੱਖਦੇ ਹੋ, ਗੁਰੂ ਮਹਾਰਾਜ ਨੇ ਆਖਿਆ ਰੱਬ ਦੇ ਦਰ 'ਤੇ ਸ਼ਰਧਾ ਦਾ ਪ੍ਰਤੀਕ ਦਾ ਡੰਡਾ ਮੈਂ ਆਪਣੇ ਜੀਵਨ ਦੇ ਅੰਦਰ ਅਪਣਾਇਆ, ਮੈਨੂੰ ਇਹ ਆ ਹੱਥ ਵਿੱਚ ਫੜੇ ਹੋਏ ਡੰਡੇ ਦੀ ਲੋੜ ਨਹੀਂ। ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਯੁਗ ਮਤ ਦੇ ਅੰਦਰ ਧਾਰਨ ਕੀਤੇ ਜਾਣ ਵਾਲੇ ਚਿੰਨ੍ਹਾਂ ਦੀ ਆਪਣੇ ਢੰਗ ਦੇ ਨਾਲ ਵਿਆਖਿਆ ਕਰਕੇ ਇਹਨਾਂ ਨਿਰੋਤਰ ਕਰ ਦਿੱਤਾ, ਮਗਰ ਫਿਰ ਵੀ ਇਹ ਲੋਕ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਨੂੰ ਆਪਣੇ ਮਤ ਵਿੱਚ ਲੈ ਕੇ ਆਉਣ ਵਾਸਤੇ ਤਤਪਰ ਨੇ। ਅਤੇ ਗੁਰੂ ਮਹਾਰਾਜ ਨੂੰ ਇਹਨਾਂ ਹੋਰ ਲਾਲਚ ਦੇਣਾ ਸ਼ੁਰੂ ਕੀਤਾ। ਧੰਨ ਗੁਰੂ ਮਹਾਰਾਜ ਦੇ ਹਜ਼ੂਰ ਇਹਨਾਂ ਲਾਲਚ ਰੱਖਿਆ। ਖਿਆਲ ਕਰੇ ਜੇ ਸਭ ਤੋਂ ਪਹਿਲਾਂ ਲਾਲਚ ਕੀ ਬੰਦੇ ਨੂੰ? ਵੱਧ ਤੋਂ ਵੱਧ ਜੂਣ ਦਾ। ਬੰਦਾ ਭਾਵੇਂ ਰੋਗ ਦੇ ਨਾਲ ਗ੍ਰਸਿਆ ਹੋਵੇ, ਮੰਜੇ ਦੇ ਉੱਪਰ ਚਿਰਾਂ ਤੋਂ ਪਿਆ ਹੋਵੇ, ਤਾਂ ਵੀ ਡਾਕਟਰ ਨੂੰ ਕਵੇਗਾ, ਡਾਕਟਰ ਸਾਹਿਬ ਕੋਈ ਨਾ ਕੋਈ ਇਹੋ ਜਿਹਾ ਇੰਜੈਕਸ਼ਨ ਲਾਓ, ਕੋਈ ਦਵਾਈ ਦਿਓ ਜਿਹਦੇ ਨਾਲ ਇਹ ਸੰਸਾਰ ਅੰਦਰ ਇਹ ਸਰੀਰ ਰੂਪੀ ਪਿੰਜਰੇ ਵਿੱਚ ਮੈਂ ਹੋਰ ਚਾਰ ਦਿਨ ਕੱਢ ਜਾਵਾਂ। ਮਰਨਾ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਈ। ਅਤੇ ਇਹਨਾਂ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਲਾਲਚ ਦਿੱਤਾ
ਕਿ ਜੇ ਤੁਸੀਂ ਸਾਡੇ ਮਤ ਵਿੱਚ ਆਓ ਤਾਂ ਤੁਹਾਡੀ ਉਮਰਾਂ ਬਹੁਤ ਲਮੇਰੀ ਹੋ ਸਕਦੀ, ਲਮੇਰੀ ਉਮਰ ਹੋ ਸਕਦੀ ਹੈ। ਅਤੇ ਗੁਰੂ ਮਹਾਰਾਜ ਨੇ ਪੁੱਛਿਆ ਸੀ ਕਿ ਜੋਗੀਓ ਕਿਤਨੀ ਕੁ ਲੰਬੀ ਉਮਰ ਹੋ ਸਕਦੀ, ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਸ ਸਵਾਲ 'ਤੇ ਇਹਨਾਂ ਆਖਿਆ ਜੇ ਤੁਸੀਂ ਸਾਡੇ ਮਤ ਵਿੱਚ ਆਓ ਤਾਂ ਚਾਰ ਯੁੱਗ ਉਮਰਾਂ ਹੋ ਸਕਦੀ, ਚਾਰ ਯੁੱਗ। ਅਤੇ ਗੁਰੂ ਮਹਾਰਾਜ ਮੁਸਕਰਾ ਕੇ ਆਖਦੇ ਨੇ ਕੁਝ ਹੋਰ, ਅਤੇ ਇਹਨਾਂ ਲੋਕਾਂ ਨੇ ਦੂਜਾ ਲਾਲਚ ਗੁਰੂ ਮਹਾਰਾਜ ਨੂੰ ਦਿੱਤਾ। ਹੁਣ ਖਿਆਲ ਕਰਿਆ ਜੀ, ਦੂਜਾ ਲਾਲਚ ਮਨੁੱਖ ਨੂੰ ਕਿਹੜਾ ਹੈ? ਦੂਜਾ ਲਾਲਚ ਹੈ ਸ਼ੋਭਾ ਦਾ, ਵਡਿਆਈ ਦਾ। ਭਾਵੇਂ ਬੰਦੇ ਦੇ ਪਾਸ ਇੱਕ ਵੀ ਗੁਣ ਨਾ ਹੋਵੇ, ਪਰ ਚਾਹੁੰਦਾ ਇਹ ਹੈ ਕਿ ਦੁਨੀਆ ਦਾ ਮੀਡੀਆ ਮੇਰੀ ਸ਼ੋਭਾ ਮੇਰੀ ਵਡਿਆਈ ਕਰਦਾ ਰਹੇ, ਸਾਰੀ ਦੁਨੀਆ ਦਾ ਮੀਡੀਆ ਮੇਰੇ ਦੁਆਲੇ ਕੈਮਰਾ ਲੈ ਕੇ ਘੁੰਮਦਾ ਰਹੇ। ਹੁਣ ਖਿਆਲ ਕਰਿਆ ਜੇ, ਕਈ ਬੰਦੇ ਆਪਣੇ ਜੀਵਨ ਦੇ ਅੰਦਰ ਦੀਵਾਨੀ ਦੀ ਵਡਿਆਈ ਨਹੀਂ ਰੱਖਦੇ, ਮਗਰ ਚਾਹੁੰਦੇ ਇਹ ਨੇ ਕਿ ਦੁਨੀਆ ਭਰ ਦਾ ਜਿਹੜਾ ਮੀਡੀਆ ਮੇਰੇ ਦੁਆਰੇ ਘੁੰਮਦਾ ਰਹੇ। ਕਿੱਦਾਂ ਹੋ ਸਕਦਾ? ਉਸੇ ਬੰਦੇ ਨੂੰ ਜੀਵਨ ਦੇ ਅੰਦਰ ਵਡਿਆਈ ਮਿਲੇਗੀ ਜਿਹੜਾ ਵਡਿਆਈ ਦਾ ਕੰਮ ਕਰੇਗਾ, ਮਗਰ ਇਹ ਸ਼ੋਭਾ ਦੇ ਲਾਲਚ ਨੇ ਮਨੁੱਖਾਂ ਨੂੰ ਮਾਰਿਆ ਪਿਆ। ਇਹ ਸ਼ੋਭਾ ਦੇ ਲਾਲਚ ਕਰਕੇ ਕਈ ਮਨੁੱਖ ਇਹੋ ਜਿਹੇ ਕਾਰਨ ਕਰਦੇ ਨੇ ਜਿਹੜੇ ਸਮਾਜ ਅੰਦਰ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਇਹਨਾਂ ਲੋਕਾਂ ਨੇ ਇਹ ਗੱਲ ਕਹੀ ਕਿ ਜੇ ਤੁਸੀਂ ਸਾਡੇ ਮਤ ਵਿੱਚ ਆ ਜਾਓ ਤਾਂ ਸਾਰੀ ਦੁਨੀਆ ਤੁਹਾਨੂੰ ਜਾਣ ਜਾਏਗੀ, ਸਾਰੀ ਦੁਨੀਆ ਤੁਹਾਡੇ ਪਿੱਛੇ ਲੱਗ ਤੁਰੇਗੀ। ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੜੇ ਪਿਆਰ ਵਿੱਚ ਇਹਨਾਂ ਲੋਕਾਂ ਨੂੰ ਸਮਝਾਉਣਾ ਕੀਤਾ ਕਿ ਜੋਗੀਓ ਤੁਸੀਂ ਜਿਹੜੇ ਲਾਲਚ ਮੈਨੂੰ ਦਿੱਤੇ ਨੇ ਨਾ, ਇਹ ਲਾਲਚਾ ਤੋਂ ਉੱਪਰ ਉੱਠ ਕੇ ਜਰਾ ਰੱਬ ਦੇ ਚਰਨਾਂ ਦੇ ਨਾਲ ਜੁੜਨ ਦੀ ਗੱਲ ਕਰੋ। ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਆਖਿਆ, ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋ ਅਲਾਈ। ਇਹਨਾਂ ਲੋਕਾਂ ਨੇ ਪੁੱਛਿਆ ਸੀ ਕਿ ਤੁਸਾਂ ਨੇ ਆਖਰ ਦੁਨੀਆ ਨੂੰ ਕਿਹੜੀ ਕਰਾਮਾਤ ਦਿਖਾਈ ਕਿ ਸਾਰੀ ਦੁਨੀਆ ਤੁਹਾਡੇ ਪਿੱਛੇ ਲੱਗੀ ਤੁਰਦੀ ਫਿਰਦੀ ਤੁਰੀ ਫਿਰਦੀ ਏ, ਕੋਈ ਸਾਨੂੰ ਵੀ ਵਿਖਾ ਲਓ। ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਆਖਿਆ, ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋ ਅਲਾਈ, ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਸਾਥੇ ਨਾਹੀਂ। ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੂਜੀ ਹੋਰ ਕੋਈ ਕਰਾਮਾਤ ਨਹੀਂ। ਖਿਆਲ ਕਰਕੇ ਦੇਖੋ, ਇੱਕ ਬੰਦਾ ਜਿਹਨੂੰ ਕੋਈ ਨਾ ਦੁਨੀਆ ਦਾ ਜਾਣਦਾ ਹੋਵੇ, ਜੇ ਰੱਬ ਦਾ ਨਾਮ ਲੈਣ ਲੱਗ ਪਏ ਤਾਂ ਉਸੇ ਬੰਦੇ ਨੂੰ ਲੋਕ ਦੇਵਤਾ ਕਹਿ ਕੇ ਸਤਿਕਾਰ ਕਰਦੇ ਨੇ, ਗੁਰਮੁਖ ਕਹਿ ਕੇ ਸਤਿਕਾਰ ਕਰਦੇ ਨੇ, ਭਗਤ ਕਹਿ ਕੇ ਸਤਿਕਾਰ ਕਰਦੇ ਨੇ, ਇਹ ਕਰਾਮਾਤ ਨਹੀਂ। ਇੱਕ ਬੰਦਾ ਜਿਹੜਾ 24 ਘੰਟੇ ਦਾ ਪਿਆਕੜ ਹੋਵੇ ਅਤੇ ਜਿਹਨੂੰ ਨਾਲੀ ਵਿੱਚ ਪਿਆ ਉਹਨੂੰ ਕੁੱਤੇ ਵੀ ਮੂੰਹ ਚੱਟ ਕੇ ਜਾਂਦੇ ਹੋਣ, ਉਹ ਬੰਦਾ ਰੱਬ ਦੇ ਦਰ 'ਤੇ ਰੱਬ ਦੀ ਭਗਤੀ ਵਿੱਚ ਰੱਬ ਦਾ ਨਾਮ ਜਪਣ ਲੱਗ ਪਏ ਅਤੇ ਲੋਕ ਉਸੇ ਨੂੰ ਪੂਜਦੇ ਨੇ, ਉਸੇ ਨੂੰ ਘਰ ਜਾ ਕੇ ਉਸੇ ਨੂੰ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਵਾਉਣਾ ਪਸੰਦ ਕਰਦੇ ਨੇ, ਉਸੇ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਜੀਵਨ ਦਾ ਸੁਧਾਰ ਪਾਉਣਾ ਚਾਹੁੰਦੇ ਨੇ, ਅਤੇ ਇਹ ਨਾਮ ਦੀ ਕਰਾਮਾਤ ਨਹੀਂ। ਇਸ ਲਈ ਬਚਨ ਆਖਿਆ, ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀਂ। ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਉਹਨਾਂ ਦੁਆਰਾ ਲਾਲਚ ਦਿੱਤਾ ਜਾ ਰਿਹਾ ਸੀ, ਉਸ ਲਾਲਚ ਨੂੰ ਲੈ ਕੇ ਜਿਹੜੇ ਬਚਨ ਆਖੇ ਅਤੇ ਉਹ ਬਚਨ ਕਮਾਲ ਦੇ ਨੇ। ਆਖਿਆ, ਤੁਸੀਂ ਲੋਕ ਮੈਨੂੰ ਲਾਲਚ ਦੇ ਰਹੇ ਹੋ, ਬਸਤਰ ਪੈਰੋ ਅਗਣ ਦੇ ਬਰਫ਼ ਹਮਾਲਾ ਮੰਦਰ ਛਾਈ, ਮੇਰੇ ਅੰਦਰ ਇਤਨੀ ਤਾਕਤ ਆ ਜਾਏ ਕਿ ਮੈਂ ਆਪਣੇ ਤਨ ਦੇ ਉੱਪਰ ਅੱਗ ਦੇ ਵਸਤਰ ਪਹਿਨਣੇ ਚਾਹਵਾਂ। ਅਤੇ ਅੱਗ ਦੇ ਵਸਤਰ ਪਹਿਨਣੇ ਸ਼ੁਰੂ ਕਰਦੇ ਹਾਂ, ਵਸਤਰ ਪਹਿਰੋ ਅਗਣ ਦੇ। ਹੁਣ ਖਿਆਲ ਕਰਿਆ ਜੇ ਅੱਗ ਤਨ ਦੇ ਕੋਲ ਆਵੇ ਅਤੇ ਅੱਗ ਤਨ ਨੂੰ ਸਾੜ ਕੇ ਸਵਾਹ ਕਰ ਦੇਗੀ। ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਸਪਸ਼ਟ ਕਰ ਰਹੇ ਨੇ ਕਿ ਜੇ ਮੇਰੇ ਪਾਸ ਇਤਨੀ ਤਾਕਤ ਆਵੇ ਕਿ ਮੈਂ ਅੱਗ ਦੇ ਵਸਤਰ ਬਣਾ ਕੇ ਆਪਣੇ ਤਨ ਦੇ ਉੱਪਰ ਪਹਿਨਣੇ ਸ਼ੁਰੂ ਕਰਦੇ ਹਾਂ, ਵਸਤਰ ਪਹਿਰੋ ਅਗਣ ਦੇ, ਬਰਫ਼ ਹਮਾਲਾ ਮੰਦਰ ਛਾਈ, ਹਿਮ ਆਲਿਆ, ਆਲਿਆ ਦਾ ਭਾਵ ਹੁੰਦਾ ਘਰ, ਹਿਮ ਦਾ ਭਾਵ ਹੈ ਬਰਫ਼, ਹਿਮਾਲਿਆ, ਹਿਮਾਲਿਆ ਪਰਬਤ ਜਿਸ ਨੂੰ ਬਰਫ਼ ਦਾ ਘਰ ਕਿਹਾ ਜਾਂਦਾ ਹੈ। ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਖਿਆ ਕਿ ਤਨ ਦੇ ਵਸਤਰ ਜਿਹੜੇ ਨੇ ਉਹ ਅੱਗ ਦੇ ਬਣਾ ਲਵਾਂ, ਮਗਰ ਬਰਫ਼ ਦੇ ਘਰ ਅੰਦਰ ਰਹਿਣ ਵਾਲਾ ਹੋ ਜਾਵਾਂ। ਵਸਤਰ ਪਹਿਰੋ ਅਗਣ ਦੇ, ਬਰਫ਼ ਹਿਮਾਲਿਆ ਮੰਦਰ ਛਾਈ,
ਤੇ ਨਾਲ ਅਗਲਾ ਬਚਨ ਕੀ ਆਖਿਆ, ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ। ਸਾਰ ਕਹੀਏ ਸ੍ਰੇਸ਼ਟ ਨੂੰ ਵੀ ਕਿਹਾ ਜਾਂਦਾ, ਸਾਰ ਸਾਰ ਲੋਹੇ ਨੂੰ ਵੀ ਆਖਿਆ ਜਾਂਦਾ ਹੈ ਕਿ ਮੈਂ ਇਤਨਾ ਕੁ ਤਾਕਤਵਰ ਹੋ ਜਾਵਾਂ ਕਿ ਜੇ ਲੋਹਾ ਵੀ ਚਬਾ ਕੇ ਪਚਾਉਣਾ ਚਾਹ ਤੇ ਲੋਹਾ ਵੀ ਚਬਾ ਕੇ ਪਚਾ ਜਾਵਾਂ ਤੇ ਸਾਰੀ ਧਰਤੀ ਦੇ ਲੋਕਾਂ ਨੂੰ ਆਪਣੇ ਹੁਕਮ ਦੀ ਨੱਥ ਪਾ ਕੇ ਚਲਾਵਾਂ। ਸਗਲੀ ਧਰਤੀ ਨੱਥ ਚਲਾਈ, ਨਾਲ ਬਚਨ ਆਖੇ ਏਵਡ ਕਰੀ ਵਥਾਰ ਕੋ, ਸਗਲੀ ਧਰਤੀ ਹੱਕੀ ਜਾਈ ਏਡਾ ਵੱਡਾ ਵਿਸਥਾਰ ਪੈਦਾ ਕਰ ਲਾਂ ਕਿ ਸਾਰੀ ਦੁਨੀਆਂ ਨੂੰ ਹੱਕ ਕੇ ਅੱਗੇ ਲਾ ਲਾਂ। ਤੇ ਨਾਲ ਬਚਨ ਕੀ ਆਖੇ, ਤੋਲੀ ਧਰਤਾ ਕਾਸ਼ ਦੋਏ, ਤੋਲੀ ਧਰਤਾ ਕਾਸ਼ ਦੋਏ ਪਿੱਛੇ ਛਾਬੇ ਟੰਕ ਚੜਾਈ, ਕਿ ਛਟਾਂਕ ਦਾ ਵੱਟਾ ਪਾ ਕੇ ਧਰਤ ਤੇ ਆਕਾਸ਼ ਨੂੰ ਤੱਕੜੀ ਦੇ ਛਾਬੇ ਵਿੱਚ ਤੋਲ ਕੇ ਰੱਖਦਿਆਂ ਇਹ ਬਲ ਰੱਖਾਂ ਆਪ ਵਿੱਚ ਜਿਸ ਆਖਾਂ ਤੇ ਸਪਾਸ ਕਰਾਈ। ਇੰਨਾ ਬਲ ਮੇਰੇ ਅੰਦਰ ਪੈਦਾ ਹੋ ਜਾਏ ਕਿ ਜਿਸ ਦੇ ਪਾਸੋਂ ਮੈਂ ਜੋ ਚਾਹਵਾਂ ਉਹ ਕਰਵਾ ਲਵਾਂ। ਮਗਰ ਇੱਕ ਗੱਲ ਗੁਰੂ ਮਹਾਰਾਜ ਨੇ ਅਖੀਰ ਤੇ ਜਾ ਕੇ ਆਖੀ ਕਿ ਸਤਨਾਮ ਬਿਨ ਬਾਦਰ ਛਾਈ, ਕਿ ਜੇ ਪਰਮੇਸ਼ਵਰ ਦਾ ਨਾਮ ਨਹੀਂ, ਪਰਮੇਸ਼ਵਰ ਦੀ ਰਹਿਮਤ ਨਜ਼ਰ ਨਹੀਂ ਤੇ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਆ ਬੱਦਲਾਂ ਦੀ ਛਾਂ ਦੇ ਸਮਾਨ ਹੈ। ਬੱਦਲਾਂ ਦੀ ਛਾਂ ਆਉਂਦੀ ਜ਼ਰੂਰ ਹੈ, ਮਗਰ ਹਵਾ ਦਾ ਬੁੱਲਾ ਆਉਂਦਾ, ਬੱਦਲ ਉੱਡ ਜਾਂਦੇ ਨੇ, ਨਾਲ ਹੀ ਛਾਂ ਵੀ ਉੱਡ ਜਾਂਦੀ ਹੈ। ਤੇ ਧੰਨ ਗੁਰੂ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ ਦੇ ਪਾਸ ਇਹਨਾਂ ਯੋਗੀਆਂ ਨੇ ਜੋ ਆਪਣੀ ਫਰਮਾਇਸ਼ ਰੱਖੀ ਯੋਗ ਮਤ ਵਿੱਚ ਆਉਣ ਵਾਸਤੇ, ਜੋ ਔਫਰ ਰੱਖੀ, ਉਸ ਔਫਰ ਨੂੰ ਲੈ ਕੇ ਗੁਰੂ ਮਹਾਰਾਜ ਨੇ ਆਖਿਆ, ਇਹ ਯੋਗੇ ਤੁਸੀਂ ਚਾਰ ਯੁੱਗ ਉਮਰ ਦੀ ਗੱਲ ਕਰਦੇ ਹੋ, ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਚਾਰ ਯੁੱਗਾਂ ਦੀ ਗੱਲ ਛੱਡੋ, ਦਸੂਣੀ ਦਾ ਭਾਵ ਹੈ ਦਸ ਤੋਂ ਊਣਾ, ਦਸ ਤੋਂ ਊਣਾ ਕੀ ਹੈ, ਨੌ, ਨੌ ਚੌਕਾ ਛੱਤੀ। ਆਖਿਆ ਤੁਸੀਂ ਚਾਰ ਯੁੱਗ ਉਮਰ ਦੀ ਗੱਲ ਕਰਦੇ, 36 ਯੁੱਗ ਮੇਰੀ ਉਮਰਾ ਹੋ ਜਾਏ, ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ। ਇਤਨੀ ਉਮਰਾ ਹੋ ਜਾਏ, ਜਿਹੜਾ ਸੋਭਾ ਦਾ ਲਾਲਚ ਦਿੱਤਾ ਹੈ, ਉਹ ਸੋਭਾ ਦੇ ਲਾਲਚ ਅੰਦਰ ਨਵਾਂ ਖੰਡਾਂ ਦੇ ਵਿੱਚ ਦੁਨੀਆਂ ਨੂੰ ਵੰਡਿਆ ਜਾਂਦਾ ਹੈ ਅਤੇ ਸਾਰੀ ਦੁਨੀਆਂ ਦੇ ਅੰਦਰ ਲੋਕ ਮੈਨੂੰ ਜਾਣਨ ਲੱਗ ਪੈਣ, ਨਵਾਂ ਖੰਡਾ ਵਿੱਚ ਜਾਣੀ ਹੈ। ਨਾਲ ਚਲੇ ਸਭ ਕੋਈ, ਹਰ ਕੋਈ ਉੱਠ ਕੇ ਮੇਰੇ ਨਾਲ ਤੁਰ ਪਏ, ਨਾਲ ਚਲੇ ਸਭ ਕੋਈ, ਚੰਗਾ ਨਾਉਂ ਰਖਾਏ ਕਿ ਏਡਾ ਚੰਗਾ ਨਾਵਣਾ ਹੋ ਜਾਏ, ਜਸ ਕੀਰਤ ਜਗ ਲੇ। ਹੁਣ ਇੱਥੇ ਥੋੜ੍ਹਾ ਜਿਹਾ ਵਿਚਾਰ ਨੂੰ ਸਮਝਣਾ ਹੈ, ਕਿਉਂਕਿ ਗੁਰੂ ਮਹਾਰਾਜ ਨੇ ਇੱਕੋ ਅਰਥ ਦੇ ਦੋ ਸ਼ਬਦ ਇੱਕ ਪੰਕਤੀ ਅੰਦਰ ਵਰਤੇ ਨੇ। ਜਸ ਦਾ ਅਰਥ ਵੀ ਸੋਭਾ ਅਤੇ ਕੀਰਤ ਦਾ ਅਰਥ ਵੀ ਸੋਭਾ, ਮਗਰ ਕੀ ਕਾਰਨ ਹੈ ਕਿ ਗੁਰੂ ਮਹਾਰਾਜ ਨੂੰ ਇੱਕੋ ਪੰਕਤੀ ਅੰਦਰ ਦੋ ਇੱਕੋ ਅਰਥ ਦੇ ਸ਼ਬਦ ਵਰਤਣੇ ਪਏ? ਹੁਣ ਇੱਥੇ ਇਸ ਵਿਚਾਰ ਨੂੰ ਜਦੋਂ ਲੈ ਕੇ ਤੁਰਦੇ ਹਾਂ ਤਾਂ ਸਾਰ ਕਤਾਵਲੀ ਦੇ ਕਰਤਾ ਪੰਡਿਤ ਹਰਦਿਆਲ ਜੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ, ਕੀਰਤ ਕੀ ਹੈ, ਕਿੱਥੇ ਵਰਤਿਆ ਜਾਂਦਾ, ਅਤੇ ਜਸ ਕੀ ਹੈ, ਜਸ ਕਿੱਥੇ ਵਰਤਿਆ ਜਾਂਦਾ। ਬੇਨਤੀ ਨੂੰ ਸਮਝਣਾ ਹੈ, ਗੁਰੂ ਮਹਾਰਾਜ ਦੇ ਬਚਨ ਆਏ, ਜਸ ਕੀਰਤ ਜਗ ਲੇ। ਜਸ ਦਾ ਅਰਥ ਵੀ ਸੋਭਾ, ਕੀਰਤ ਦਾ ਅਰਥ ਵੀ ਸੋਭਾ, ਮਗਰ ਵਰਤੇ ਕਿੱਥੇ ਜਾਂਦੇ ਨੇ? ਪੰਡਿਤ ਹਰਦਿਆਲ ਜੀ ਨੇ ਲਿਖਿਆ, ਗੁਰ ਕੀਰਤ ਕੋ ਅਪਰੋਖ ਕਰੈ। ਇੱਕ ਸ਼ਬਦ ਅਸੀਂ ਵਰਤਦੇ ਹਾਂ, ਅੱਖੋਂ ਪਰੋਖੇ ਹੋਣਾ। ਅੱਖੋਂ ਪਰੋਖੇ ਦਾ ਭਾਵ ਹੁੰਦਾ ਅੱਖਾਂ ਤੋਂ ਲਾਂਭੇ ਹੋ ਜਾਣਾ, ਓਹਲੇ ਹੋ ਜਾਣਾ। ਅਤੇ ਜਦੋਂ ਪਰੋਖੇ ਦੇ ਅੱਗੇ, ਪਰੋਖ ਦੇ ਅੱਗੇ ਐੜਾ ਲਾ ਦਈਏ, ਫਿਰ ਜਾਂਦਾ ਅਪਰੋਖ। ਅਪਰੋਖ ਦਾ ਭਾਵ ਹੈ ਸਾਹਮਣੇ, ਜੇ ਪਰੋਖ ਸੀ ਤਾਂ ਓਹਲੇ, ਅਤੇ ਜਦੋਂ ਐੜਾ ਲੱਗ ਗਿਆ ਤਾਂ ਉਹਦਾ ਵਿਪਰੀਤ ਅਰਥ ਬਣੇਗਾ, ਫਿਰ ਬਣੇਗਾ ਸਾਹਮਣੇ। ਗੁਰ ਕੀਰਤ ਕੋ ਅਪਰੋਖ ਕਰੈ, ਇਹਦਾ ਮਤਲਬ ਕਿ ਗੁਰੂ ਦੀ ਕੀਰਤੀ ਗੁਰੂ ਦੇ ਸਨਮੁਖ ਹੋ ਕੇ ਕਰੋ। ਹੁਣ ਗੁਰਮਤ ਅੰਦਰ ਇਹਦਾ ਮਤਲਬ ਇਹ ਨਹੀਂ ਕਿ ਜੇ ਗੁਰੂ ਕੇ ਹਜ਼ੂਰ ਬੈਠੇ ਤਾਂ ਗੁਰੂ ਮਹਾਰਾਜ ਵਡਿਆਈ ਕਰਨੀ ਅਤੇ ਅੱਗੋਂ ਪਿੱਛੋਂ ਨਹੀਂ ਕਰਨੀ। ਇੱਥੇ ਸਨਮੁਖਤਾ ਆਪਣੇ ਜੀਵਨ ਦੇ ਅੰਦਰ ਸਮਝਣੀ ਪਵੇਗੀ, ਸਨਮੁਖ ਕੀ ਹੈ, ਸਨਮੁਖਤਾ ਕੀ ਹੈ। ਬਾਬਾ ਜੀ ਦੇ ਬਚਨ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ, ਹਿਰਦੇ ਤੋਂ ਹਮੇਸ਼ਾ ਗੁਰੂ ਦੇ ਦਰ 'ਤੇ ਸਮਰਪਿਤ ਰਹਿਣਾ, ਇਹ ਸਨਮੁਖਤਾ ਹੈ। ਮਨੁੱਖ ਗੁਰੂ ਕੇ ਹਜ਼ੂਰ ਆਪਣੇ ਆਪ ਨੂੰ ਸਮਰਪਿਤ ਕਰਨ ਵਾਲਾ ਸਿੱਖ ਦੁਨੀਆਂ ਅੰਦਰ ਕਿਤੇ ਵੀ ਕਿਸੇ ਵੇਲੇ ਵੀ ਹੋਵੇ, ਪਰ ਜੇ ਆਪਣੇ ਆਪ ਨੂੰ ਹਿਰਦੇ ਤੋਂ ਗੁਰੂ ਦੇ ਦਰ 'ਤੇ ਸਮਰਪਿਤ ਰੱਖਦਾ ਤਾਂ ਉਹ ਸਨਮੁੱਖ ਹੈ।
ਪਰ ਜੇ ਅਸੀਂ ਸ਼ਬਦੀ ਅੱਖਰਾਂ ਨੂੰ ਵਿਚਾਰੀਏ ਤੇ ਕੀ ਆਵੇਗਾ, ਗੁਰ ਕੀਰਤ ਕੋ ਅਪਰੋਖ ਕਰੈ ਜਸ ਬੰਧਵ ਬੀਤਨ ਪਰੋਖ ਰਹਿ। ਜਸ ਦਾ ਅਰਥ ਵੀ ਸੋਭਾ, ਕੀਰਤ ਦਾ ਅਰਥ ਵੀ ਸੋਭਾ, ਮਗਰ ਇੱਥੇ ਬੰਧਵ ਦਾ ਅਰਥ ਰਿਸ਼ਤੇਦਾਰ, ਮੀਤਨ ਦਾ ਭਾਵ ਹੈ ਮਿੱਤਰ, ਕਿ ਮਿੱਤਰ ਜਾਂ ਰਿਸ਼ਤੇਦਾਰ ਦੀ ਜੇ ਸੋਭਾ ਕਰਨੀ ਹੋਵੇ ਤੇ ਫਿਰ ਅੱਖੋਂ ਪਰੋਖੇ ਹੋ ਕੇ ਭਾਵ ਓਹਲੇ ਪਿੱਠ ਪਿੱਛੇ, ਅਸਲ ਮਿੱਤਰ ਉਹ ਹੀ ਹੈ ਜਿਹੜਾ ਮਿੱਤਰ ਦੀ ਪਿੱਠ ਪਿੱਛੇ ਵੀ ਮਿੱਤਰ ਦੀ ਸੋਭਾ ਕਰੇ, ਮੇਰਾ ਮਿੱਤਰ ਬਹੁਤ ਚੰਗਾ, ਮੇਰਾ ਦੋਸਤ, ਮੇਰਾ ਰਿਸ਼ਤੇਦਾਰ ਬਹੁਤ ਚੰਗਾ, ਨਹੀਂ ਤੇ ਮੂੰਹ ਤੇ ਬਹੁਤ ਵਡਿਆਈ ਕਰਦੇ ਨੇ ਮਗਰ ਮੂੰਹ ਘੁਮਾਉਂਦਿਆਂ ਸਾਰ ਪਿੱਠ ਪਿੱਛੇ ਨਿੰਦਿਆ ਕਰਨ ਵਾਲੇ ਬਹੁਤੇ ਹੁੰਦੇ। ਅਸਲ ਮਿੱਤਰ ਉਹ ਹੈ, ਅਸਲ ਰਿਸ਼ਤੇਦਾਰ ਉਹ ਹੈ ਜਿਹੜਾ ਪਿੱਠ ਪਿੱਛੇ ਵੀ ਆਪਣੇ ਰਿਸ਼ਤੇਦਾਰ ਜਾਂ ਆਪਣੇ ਮਿੱਤਰ ਦੀ ਵਡਿਆਈ ਕਰੇ। ਇਹਦਾ ਮਤਲਬ ਕੀ ਬਣਿਆ, ਗੁਰ ਕੀਰਤ ਕੋ ਅਪਰੋਖ ਕਰੈ ਜਸ ਬੰਧਵ ਮੀਤਨ ਪਰੋਖ ਰਹਿ। ਜਿਹੜੀ ਵਡਿਆਈ ਮਨੁੱਖ ਦੇ ਮੂੰਹ ਦੇ ਉੱਪਰ ਕੀਤੀ ਜਾਂਦੀ, ਸਨਮੁੱਖ ਹੋ ਕੇ ਕੀਤੀ ਜਾਂਦੀ ਹੈ, ਉਹਨੂੰ ਕਿਹਾ ਜਾਂਦਾ ਕੀਰਤੀ। ਅਤੇ ਜਿਹੜੀ ਪਿੱਠ ਪਿੱਛੇ ਕੀਤੀ ਜਾਵੇ, ਓਹਲੇ ਕੀਤੀ ਜਾਵੇ, ਉਹਨੂੰ ਕਿਹਾ ਜਾਂਦਾ ਜਸ। ਅਤੇ ਧੰਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਖਿਆ, ਜੋਗੀਓ ਤੁਸੀਂ ਸੋਭਾ ਦਾ ਮੈਨੂੰ ਲਾਲਚ ਦਿੱਤਾ, ਜਸ ਕੀਰਤ ਜਗ ਲਏ। ਇੱਕ ਸਪਸ਼ਟ ਕਰਦੇ ਹਾਂ ਕਿ ਤੁਸੀਂ ਸੋਭਾ ਦਾ ਲਾਲਚ ਦਿੱਤਾ, ਮਗਰ ਇੱਥੇ ਦੁਨੀਆ ਮੇਰੇ ਮੁੱਖ 'ਤੇ ਵੀ ਮੇਰੀ ਸਿਫਤ ਸਲਾਹ ਕਰੇ, ਮੇਰੀ ਪਿੱਠ ਪਿੱਛੇ ਵੀ ਮੇਰੀ ਵਡਿਆਈ ਕਰੇ, ਪਰ ਇੱਕ ਗੱਲ ਸਮਝ ਲੈਣੀ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਜੋ ਮਾਲਕ ਦੀ ਰਹਿਮਤ ਨਜ਼ਰ ਵਿੱਚ ਨਹੀਂ ਆਇਆ ਅਤੇ ਮਾਲਕ ਦੇ ਦਰ 'ਤੇ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਸੋ ਭਾਈ ਗੁਰਮੁਖ ਪਿਆਰਿਓ, ਜਦੋਂ ਅਸੀਂ ਨਦਰ ਦੀ ਗੱਲ ਕਰਦੇ ਹਾਂ ਤਾਂ ਬਾਣੀ ਅੰਦਰ ਇਹ ਵੀ ਗੱਲ ਆਉਂਦੀ ਏ ਕਿ ਜੇ ਮਾਲਕ ਦੀ ਰਹਿਮਤ ਨਜ਼ਰ ਹੋਵੇ ਤਾਂ ਫਿਰ ਇੱਕ ਨਹੀਂ, ਦੋ ਨਹੀਂ, ਸੌ ਨਹੀਂ, ਹਜ਼ਾਰ ਨਹੀਂ, ਬਲਕਿ ਲੱਖਾਂ ਖੁਸ਼ੀਆਂ ਪਾਤਸ਼ਾਹ ਤਾਂ ਪ੍ਰਾਪਤ ਹੁੰਦੀਆਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਅਤੇ ਬੰਦਾ ਰੱਬ ਦੇ ਦਿੱਤਾਂ ਦਾਤਾਂ ਨੂੰ ਜੇ ਭੁਲਾ ਕੇ ਬਹਿ ਜਾਏ, ਦਾਤਾਰ ਨੂੰ ਭੁਲਾ ਕੇ ਬਹਿ ਜਾਏ, ਦਾਤੇ ਨੂੰ ਭੁਲਾ ਕੇ ਬਹਿ ਜਾਏ, ਅਤੇ ਫਿਰ ਇਹ ਵੀ ਬਚਨ ਆਉਂਦੇ ਨੇ, ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਹੇ ਦਾ। ਅਤੇ ਜੇ ਮਨੁੱਖ ਰੱਬ ਦੇ ਦਰ 'ਤੇ ਸਮਰਪਿਤ ਹੈ ਤਾਂ ਫਿਰ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਵੀ ਗੱਲ ਆਖੀ ਕਿ ਭਲਿਆ ਦੁਨੀਆ ਦਾ ਸਭ ਕੁਝ ਤੇਰੇ ਪਾਸ ਹੋਵੇ, ਜੇ ਰੱਬ ਦੀ ਰਹਿਮਤ ਨਦਰ ਵਿੱਚ ਨਹੀਂ ਤਾਂ ਰੱਬ ਦੇ ਦਰ 'ਤੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਇਸੇ ਲਈ 52 ਅੱਖਰੀ ਅੰਦਰ ਗੁਰੂ ਮਹਾਰਾਜ ਨੇ ਬਚਨ ਬਖਸ਼ਿਸ਼ ਕੀਤੇ ਕਿ ਭਲਿਆ ਇਸ ਸੰਸਾਰ ਭਵਸਾਗਰ ਨੂੰ ਪਾਰ ਹੋਣਾ ਚਾਹੁੰਦਾ ਤੇ ਫਿਰ ਰੋਸ ਨਾ ਕਾਹੂ ਸੰਗ ਕਰੋ, ਆਪਣੇ ਆਪ ਵਿਚਾਰ ਕਿਸੇ ਚੀਜ਼ ਨੂੰ ਲੈ ਕੇ ਦੂਜਿਆਂ ਨੂੰ ਦੋਸ਼ ਦਿੰਦਾ ਫਿਰਦਾ, ਦੂਜਿਆਂ ਕਰਕੇ ਮੈਨੂੰ ਆਹ ਚੀਜ਼ ਪ੍ਰਾਪਤ ਨਹੀਂ ਹੋਈ। ਜੇ ਇੱਥੋਂ ਤੱਕ ਬੰਦਾ ਰੱਬ 'ਤੇ ਵੀ ਉਲਾਂਭੇ ਸੁੱਟਦਾ ਕਿ ਰੱਬ ਜੀ ਆਖਿਰ ਤੇਰਾ ਮੈਂ ਕੀ ਵਿਗਾੜਿਆ ਸੀ, ਤੂੰ ਮੇਰੇ ਕੋਲ ਆਹ ਲੈ ਲਿਆ ਜਾਂ ਮੈਨੂੰ ਆਹ ਦਿੱਤਾ ਨਹੀਂ, ਅਤੇ ਗੁਰੂ ਮਹਾਰਾਜ ਦੇ ਬਚਨ ਨੇ ਭਲਿਆ ਜਰਾ ਆਪਣੇ ਅੰਦਰ ਝਾਤੀ ਮਾਰ, ਜਿਸ ਚੀਜ਼ ਨੂੰ ਲੈ ਕੇ ਤੂੰ ਤਰਲੇ ਕੱਢਦਾ ਫਿਰਦਾ, ਰੱਬ ਨੂੰ ਦੋਸ਼ ਦਿੰਦਾ ਫਿਰਦਾ, ਆਪਣੇ ਆਪ ਨੂੰ ਉਸ ਚੀਜ਼ ਦੇ ਯੋਗ ਬਣਾਇਆ, ਆਪਣੇ ਆਪ ਨੂੰ ਏਬਲ ਬਣਾਇਆ, ਜੇ ਤੇਰੇ ਅੰਦਰ ਯੋਗਤਾ ਬਣ ਗਈ ਤਾਂ ਆਟੋਮੈਟਿਕ ਮਾਲਕ ਕੋਲ, ਆਟੋਮੈਟਿਕਲੀ ਮਾਲਕ ਕੋਲੋਂ ਤੇਰੀ ਝੋਲੀ ਵਿੱਚ ਉਹ ਦਾਤ ਪੈ ਜਾਏਗੀ, ਦਾਤ ਪੈ ਜਾਏਗੀ। ਇੱਥੋਂ ਤੱਕ ਰੱਬ ਦੀ ਰਹਿਮਤ ਨਜ਼ਰ ਵਿੱਚ ਹੀ ਆ ਗਿਆ ਅਤੇ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਹੋ ਜਾਏਗਾ। ਇਸ ਲਈ ਬਚਨ ਆਖਿਆ, ਹੋਏ ਨਿਮਾਨਾ ਜਗ ਰਹੋ ਨਾਨਕ ਨਦਰੀ ਪਾਰ। ਅਤੇ ਕਦੀਬ ਲਿਖਦਾ, ਜਿਨ੍ਹਾਂ ਨੇ ਗੁਰੂ ਪਰਮੇਸ਼ਰ ਦੀ ਰਹਿਮਤ ਨਜ਼ਰ ਵਿੱਚ ਆਉਣਾ ਕੀਤਾ ਉਹ ਸੰਸਾਰ ਰੂਪੀ ਭਵ ਸਾਗਰ ਤੋਂ ਕਿੱਦਾਂ ਪਾਰ ਹੋ ਗਏ। ਆਖਾ ਨਦਰ ਰਹਿਮਤ ਸੇ ਜਿੱਧਰ ਗੁਰੂ ਨਾਨਕ ਨੇ ਇਸ਼ਾਰਾ ਕਰ ਦਿਆ, ਜ਼ਰੇ ਕੋ ਸੂਰਜ ਕੇ ਕਤਰੇ ਕੋ ਦਰਿਆ ਕਰ ਦਿਆ। ਨਦਰ ਰਹਿਮਤ ਸੇ ਜਿੱਧਰ ਗੁਰੂ ਨਾਨਕ ਨੇ ਇਸ਼ਾਰਾ ਕਰ ਦਿਆ, ਜ਼ਰੇ ਕੋ ਸੂਰਜ ਕੇ ਕਤਰੇ ਕੋ ਦਰਿਆ ਕਰ ਦਿਆ, ਦੈਂਤ ਸਾਧੂ ਬਣਾ ਸੱਜਣ ਵੀ ਸੱਜਣ ਹੋ ਗਿਆ, ਦੈਂਤ ਸਾਧੂ ਬਣਾ ਸੱਜਣ ਵੀ ਸੱਜਣ ਹੋ ਗਿਆ। ਅਰੇ ਬੰਦੋ ਕੀ ਕਿਆ ਬਾਤ ਸੀ, ਰੀਠੇ ਕੋ ਮੀਠਾ ਕਰ ਦਿਆ, ਇਸ਼ਕ ਕੀ ਭੱਠੀ ਮੇਂ ਡਾਲ ਕਰ ਜਿਸ ਤੁਮ ਕੁੰਦਨ ਕੀਆ, ਨਦਰ ਭਰ ਦੇਖਾ ਲਹਿਨੇ ਕੋ, ਨਦਰ ਭਰ ਦੇਖਾ ਲਹਿਨੇ ਕੋ, ਤੋ ਲਹਿਨੇ ਸੇ ਅੰਗਦ ਕਰ ਦਿਆ,
सो भाई गुरमुख प्यार सतगुरु महाराज कृपा करन, जे सचमुच असी चाहुंदे आ संसार रूपी भव सागर तो पार होना है, असी जीवन के अंदर खुशियां पाउणियां ने, पातशाह बनाउणियां ने, ते मालक दी रहमत ते नदर विच आईए, क्योंकि लख खुशियां पातशाहियां जे सतगुर नदर करे, पर उहदे वास्ते मंगना की पवेगा, मालका मेहर कर रहमत कर तरस कर निमख एक हर नाम दे। एक पल वास्ते रहमत करके आ साडे जीवन दे अंदर नाम दी दात बख्शिश कर दे। नाम दी दात जितन परमेश्वर वालों साडे जीवन दे अंदर नाम दी दात बन गई, निमख एक हर नाम दे, मेरा मन तन शीतल होए। उदन होवेगा कि कच्चो कंचन प्यो शब्द गुरसरवण सुनियो, बिख ते अमृत हो नाम सतगुरमुख भण्यो, लोहो होयो लाल नदर सतगुर जा धारै। ख्याल करके देखो धन गुरु महाराज ने कृपा दृष्टि की, वली कधारी हंकारी सी, मगर जो कृपा दृष्टि हुई वली कधारी हंकारी सी, निरंकारी हो गया, निरंकारी हो गया। ख्याल करके देखो मलक भागो हंकार दे नाल भरिया होया, हंकारी सी, मगर जो गुरु ने शब्द के आसरे कृपा दृष्टि की ते उहदे अंदर शब्द का बाण वजा, ते गुरु की कृपा दृष्टि नजर दे नाल वह भी निरंकारी हो गया। इसे लई बचन आख्या लोहो होयो लाल नजर सतगुर जा धारै, पाहण मान करै ज्ञान गुर कहो विचारै। सो सतगुरु महाराज कृपा करन साडे जीवन के अंदर मालक की रहमत नजर बने, ते उस रहमत नजर दे नाल संसार रूपी भव सागर तो तरिया जा सकदा, नानक नदरी पार। मगर रहमत नजर विच आउणा किवें है, वह गुण की है, उहदी विचार आपां अगले प्रकरण के अंदर सांझी करांगे। सतगुरु महाराज रहमत करन साडे जीवन के अंदर मालक की रहमत नजर बने, इतनियां बेनतियां प्रवान करनियां। फतेह बुलाओ, वाहेगुरु जी का खालसा, वाहेगुरु जी की फतेह।